ਪੰਜਾਬ ਸਰਕਾਰ ਵੱਲੋਂ ਗੈਂਗਸਟਰਸ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਡੇਰਾਬਸੀ ਪੁਲਿਸ ਨੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੀ ਪਹਿਚਾਣ ਨਿਤਿਸ਼ ਕੁਮਾਰ ਨਿਵਾਸੀ ਲਾਲੜੂ ਤੇ ਗੁਰਕੀਰਤ ਸਿੰਘ ਨਿਵਾਸੀ ਡੇਰਾਬਸੀ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਿਸਤੌਲਾਂ, ਪੰਜ ਕਾਰਤੂਸ ਤੇ ਇਕ ਬੈਲੋਰੋ ਗੱਡੀ ਬਰਾਮਦ ਕੀਤੀ ਹੈ। ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਡੇਰਾਬਸੀ ਦੇ ਵਿਚ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਹੋਈ ਗੋਲੀਬਾਰੀ ਦੇ ਵਿਚ ਸ਼ਾਮਲ ਸਨ। ਪੁਲਿਸ ਨੇ ਮਾਮਲੇ ਨੂੰ 24 ਘੰਟੇ ਦੇ ਅੰਦਰ ਸੁਲਝਾ ਲਿਆ ਸੀ ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਪਤਾ ਚੱਲਿਆ ਸੀ ਕਿ ਇਸ ਜੁਰਮ ਦੇ ਵਿਚ ਇਸਤੇਮਾਲ ਕੀਤੇ ਗਏ ਹਥਿਆਰ ਤੇ ਸਮਾਨ ਗੈਂਗਸਟਰ ਨਿੱਕੂ ਰਾਣਾ ਨੇ ਉਪਲਬਧ ਕਰਾਏ ਸੀ, ਜਿਹੜਾ ਕਿ ਜ਼ਮਾਨਤ ਤੇ ਬਾਹਰ ਹੈ। ਡੀਐਸਪੀ ਨੇ ਕਿਹਾ ਕਿ ਨਿੱਕੂ ਰਾਣਾ ਆਪਣੇ ਵਿਦੇਸ਼ੀ ਆਕਾਵਾਂ ਗੋਲਡੀ ਬਰਾੜ ਤੇ ਸਭਾ ਦੇ ਨਾਲ ਅਮਰੀਕਾ ਦੇ ਵਿਚ ਸੰਪਰਕ ਵਿਚ ਸੀ ਤੇ ਉਸੀ ਨੇ ਆਪਣੇ ਸਾਥੀ ਮਨਜੀਤ ਉਰਫ ਗੁਰੀ ਦੇ ਨਾਲ ਮਿਲ ਕੇ ਇਨ੍ਹਾਂ ਸਾਥੀਆਂ ਦੇ ਮਾਧਿਅਮ ਦੇ ਗੋਲੀਬਾਰੀ ਦੀ ਵਾਰਦਾਤ ਦੀ ਯੋਜਨਾ ਬਣਾਈ ਸੀ। ਨਿੱਕੂ ਔਰ ਗੁਰਕੀਰਤ ਨੇ ਹੀ ਦਿੱਲੀ ਤੋਂ ਹਥਿਆਰ ਇਕੱਠੇ ਕੀਤੇ ਸਨ। ਇਮੀਗ੍ਰੇਸ਼ਨ ਦੇ ਬਾਅਦ ਫਾਇਰਿੰਗ ਹੋਈ ਸੀ, ਉਹ 24 ਆਵਰ ਚ ਮੋਹਾਲੀ ਪੁਲਿਸ ਨੇ ਵਿਦਨ 24 ਆਵਰ ਅੰਦਰ ਦੀ ਜਿਹੜੀ ਕਮਾਂਡ ਆਫ ਐਸਐਸਪੀ ਸ਼੍ਰੀ ਦੀਪਕ ਪਾਰਕ ਸਾਹਿਬ, ਐਸਐਸਪੀ ਸਾਹਿਬ ਆਈਪੀਐਸ, ਆਈਜੀ ਮੈਮ ਤੇ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ, ਉਹਨਾਂ ਨੇ ਮਤਲਬ ਵਿਦਨ 24 ਆਵਰ ਸੋਲਵ ਕਰ ਲਈ ਸੀ। ਉਹਨੂੰ ਫਰਦਰ ਅੱਗੇ ਡਿਵੈਲਪ ਕਰਦੇ ਹੋਏ ਜਦੋਂ ਉਹਨਾਂ ਦੇ ਇੰਟੈਰੋਗੇਸ਼ਨ ਅਤੇ ਕੁਛ ਹਿਊਮਨ ਅਤੇ ਇੰਟੈਲੀਜੈਂਸ ਇਨਪੁੱਟਸ ਆਈਆਂ ਅਸੀਂ ਉਹਨੂੰ ਫਰਦਰ ਡਿਵੈਲਪ ਕੀਤਾ, ਕਿਉਂਕਿ ਉਹਦੇ 'ਚ ਤੁਹਾਨੂੰ ਪਤਾ ਸ਼ਾਇਦ ਮਾਈਨਰ ਵੀ ਸੀਗਾ ਅਤੇ ਪਹਿਲੀ ਟਾਈਮ ਨਵਾਂ ਕ੍ਰਾਈਮ ਵਾਲਾ ਸੀ, ਤਾਂ ਸਾਡੇ ਅੱਗੇ ਫਿਰ ਦੋ ਬੰਦੇ ਅੱਗੇ ਇੰਟੈਰੋਗੇਸ਼ਨ ਚ ਆਏ, ਇੱਕ ਨਿੱਕੂ ਰਾਣਾ ਰਿਤੇਸ਼ ਕੁਮਾਰ ਅਤੇ ਇੱਕ ਕਿਹੜਾ ਗੁਰਕੀਰਤ ਸਿੰਘ। ਗੁਰਕੀਰਤ ਸਿੰਘ ਅਤੇ ਨਿੱਕੂ ਰਾਣਾ ਦੋ ਆਏ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ। ਜਿਹੜਾ ਇਹ ਨਿੱਕੂ ਰਾਣਾ ਇਹਦਾ ਪਿਛੋਕੜ ਵੀ ਕ੍ਰਿਮੀਨਲ ਆ, ਇਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਜਿਹੜੇ ਗੈਂਗਸਟਰ ਉਹਨਾਂ ਨਾਲ ਟੱਚ, ਕਿਉਂਕਿ ਜਦੋਂ ਅਸੀਂ ਇਨਵੈਸਟੀਗੇਸ਼ਨ ਤਰੀਕੇ ਨਾਲ ਕੀਤੀ ਔਰ ਦੀ ਡਾਇਰੈਕਸ਼ਨ ਆਫ ਐਸ ਐਸ ਪੀ ਸਾਹਿਬ ਮੋਹਾਲੀ, ਤਾਂ ਸਾਨੂੰ ਪਤਾ ਲੱਗਿਆ ਵੀ ਜੇ ਇਹਨਾਂ ਨੇ ਕਿਸੇ ਮਡਿਊਲ ਮਤਲਬ ਟਰਾਈ ਕੀਤਾ ਕੁਛ ਕਰਨ ਦਾ ਤਾਂ ਇਹ ਨਵੇਂ ਮੁੰਡੇ ਇਹਨਾਂ ਕਰ ਨਹੀਂ ਸਕਦੇ, ਤਾਂ ਕਰਕੇ ਮੇਨ ਮਾਸਟਰ ਮਾਇੰਡ ਦੇ ਤੌਰ 'ਤੇ ਜਿਹੜਾ ਗੁਰੀ ਮਨਜੀਤ ਗੁਰੀ ਜੇਲ੍ਹ 'ਚ ਉਹ ਅਤੇ ਉਹਦੇ ਨਾਲ ਜਿਹੜਾ ਨਿੱਕੂ ਰਾਣਾ ਇਹ ਫਿਗਰ ਹੋਇਆ। ਨਿੱਕੂ ਰਾਣਾ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਪਿਛੋਕੜ ਦੱਸਦਾ, 2023 ਫਰਵਰੀ 'ਚ ਜ਼ੀਰਕਪੁਰ ਅਰੈਸਟ ਹੋਇਆ ਸੀ, ਚਾਰ ਵੈਪਨ ਸੀ ਇਹਦੇ ਕੋਲ, ਉਦੋਂ ਵੀ ਗੋਲਡੀ ਬਰਾੜ ਨੇ ਭੇਜਿਆ ਸੀ ਕੋਈ ਰਾਈਵਲ ਗੈਂਗਸਟਰ ਨੂੰ ਮਾਰਨ ਚੰਡੀਗੜ੍ਹ। ਉਸ ਤੋਂ ਬਾਅਦ ਇਹ ਅਰੈਸਟ ਹੋ ਕੇ ਬੇਲ 'ਤੇ ਆਇਆ, ਉਸ ਤੋਂ ਬਾਅਦ ਜਦੋਂ ਮਨਜੀਤ ਗੁਰੀ ਕਿਸੇ ਬਿਜ਼ਨਸਮੈਨ ਨੂੰ ਅਟੈਕ ਕਰਨ ਲਈ ਮਾਰਨ ਲਈ ਆਇਆ ਸੀ ਜ਼ੀਰਕਪੁਰ, ਅਤੇ ਉਦੋਂ ਬਰੀਫ ਪੁਲਿਸ ਐਕਸ਼ਨ ਚੇਂਜਡ ਹੋਇਆ, ਉਹਦੇ 'ਚ ਵੀ ਫਿਰ ਨਾਮ ਨਿੱਕੂ ਦੇ ਆਇਆ ਉਭਰ ਕੇ ਦੀ ਨਿੱਕੂ। ਉਸ ਤੋਂ ਬਾਅਦ ਉਦੋਂ ਤੋਂ ਇਹ ਪੈਨਲ ਅਬਸਪੋਂਡਿੰਗ ਸੀ, ਭੱਜਿਆ ਹੋਇਆ ਸੀ, ਉਹਦੇ 'ਚ ਵਾਂਟਿਡ ਸੀ। ਹੁਣ ਦੁਬਾਰਾ ਫਿਰ ਜਦੋਂ ਇਹਨਾਂ ਦੀ ਥੋਰੋ ਇੰਟੈਰੋਗੇਸ਼ਨ ਅਤੇ ਟੈਕਨੀਕਲ ਇਨਪੁੱਟਸ ਆਈਆਂ ਅਤੇ ਫਿਰ ਅੱਗੇ ਨਿੱਕੂ ਹੀ ਆਏ, ਤਾਂ ਇਹ ਸਾਰੀ ਜਿਹੜੀ ਚੀਜ਼ ਦੀ ਮਾਸਟਰ ਮਾਇੰਡ ਗੁਰੀ ਅਤੇ ਨਿੱਕੂ ਨਿਕਲੇ, ਜਿਨ੍ਹਾਂ ਨੇ ਇੱਥੇ ਇੱਕ ਐਕਸਟੋਰਸ਼ਨ ਪਲੈਨ ਕੀਤਾ ਸੀ। ਅਤੇ ਕੱਲ੍ਹ ਸਾਡੀ ਟੀਮ ਨੇ SHO ਲਾਲੜੂ, SHO ਸਾਡੇ ਡੇਰਾਬਸੀ ਅਤੇ ਸਾਡੇ ਇੰਸਪੈਕਟਰ ਸਾਹਿਬ ਸੁਖਵਿੰਦਰ ਸਿੰਘ ਸਾਰਿਆਂ ਨੇ ਰਲ ਕੇ ਕੱਲ੍ਹ ਚਰਮੜੀ ਬੈਰੀਅਰ ਨਾਕਾ ਲਾਇਆ ਸੀ, ਅਤੇ ਉੱਥੇ ਵੀ ਮੈਂ ਸਕਸੈਸਫੁਲੀ ਟੂ ਲੈ ਇਸ ਦੀ ਸ਼ੋਟ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਅੱਜ ਆਪਾਂ। ਹਾਂਜੀ ਹਾਂਜੀ, ਇਹਨਾਂ ਦੇ ਹੋਰ ਵੀ ਪਲੈਨ ਮਨਸੂਬੇ ਆਏ ਨੇ ਸਾਹਮਣੇ, ਉਹ SSP ਸਾਹਿਬ ਮੋਹਾਲੀ ਨੂੰ ਸਾਰਾ ਡਿਸਕਸ ਹੋਇਆ, ਕਈ ਅਸੀਂ ਨਾਮ ਵੀ ਤੁਹਾਡੇ ਕੋਲ ਲੈ ਸਕਦੇ, ਇਹਨਾਂ ਦੇ ਟਾਰਗੇਟ ਸੀਗੇ ਪਰਟੀਕੁਲਰ ਕੋਈ,
ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਨਿੱਕੂ ਨੇ ਅਤੇ ਮਨਜੀਤ ਨੇ ਉਹਨੇ ਜੇਲ੍ਹ ਤੋਂ ਜਿਹੜਾ ਇਹ ਨੈਟਵਰਕ ਚਲਾਇਆ ਸੀ ਅਸੀਂ ਅਤੇ ਗੋਲੀ ਚਲਵਾ ਕੇ ਉਹ ਤੋਂ ਬਾਅਦ ਅਸੀਂ ਐਕਸਟ੍ਰੈਕਸ਼ਨ ਦਾ ਆਪਦਾ ਧੰਦਾ ਵਧਾ ਲਿਆ ਅਤੇ ਕਈ ਇਹਨਾਂ ਨੇ ਅਟੈਕ ਵੀ ਕਰਨੇ ਸੀਗੇ, ਟਾਰਗੇਟ ਸੀਗੇ ਇਹਨਾਂ ਦੇ ਸੀਕਰੇਟ। ਸਰ ਇਹ ਪੜ੍ਹੇ ਲਿਖੇ ਹੈਗੇ ਆ ਕੁਛ? ਹਾਂਜੀ ਹਾਂ, ਇਹ ਪੜ੍ਹੇ ਲਿਖੇ ਨੇ। ਨਿੱਕੂ ਜਿਵੇਂ ਮੈਂ ਦੱਸਿਆ ਪਹਿਲਾਂ ਜੇਲ੍ਹ ਗਿਆ ਡਾਇਰੈਕਟ, ਇਹਦਾ ਪਹਿਲਾਂ ਜਦੋਂ ਪਹਿਲਾਂ 2023 'ਚ ਅਰੈਸਟ ਕੀਤਾ ਸੀ ਤਾਂ ਕਮਿਊਨੀਕੇਸ਼ਨ ਇੱਕ ਸਾਬਾ USA ਆ ਗੋਬਿੰਦਗੜ੍ਹ ਪਿੰਡ ਪੈਂਦਾ ਮੋਰ 'ਚ, ਉਹਦੇ ਨਾਲ ਆਇਆ ਸੀ USA 'ਚ ਐਂਡ ਗੋਲਡੀ ਬ੍ਰਾਂਡ ਨਾਲ। ਉਦੋਂ 4 ਵੈਪਨ ਇਹਨੂੰ ਦਿੱਤੇ ਗਏ ਸੀ ਕੋਈ ਰਾਈਵਲ ਗੈਂਗਸਟਰ 'ਤੇ ਅਟੈਕ ਕਰਨ, ਉਦੋਂ ਵੀ ਅਸੀਂ ਇਹਨੂੰ ਮਤਲਬ ਅਵਰਟ ਕੀਤਾ ਸੀ ਇੱਕ ਟਾਰਗੇਟ ਕੇ ਲਈ। ਹੁਣ ਵੀ ਇਹਦੀ ਜਿਹੜੀ ਹੁਣ ਅਰੈਸਟ 'ਤੇ ਇਹਦੀ ਕਾਫੀ ਟੈਕਨੀਕਲ ਜਿਹੜਾ ਇਹਦਾ ਦੇਖਿਆ ਅਤੇ ਇਹਨਾਂ ਦੇ ਟਾਰਗੇਟ ਸੀਗੇ ਜਿਹੜੇ ਅਸੀਂ ਆਪਦੇ ਇਨਪੁੱਟਸ ਨੇ ਉਹ ਸ਼ੇਅਰ ਕਰਾਂਗੇ ਵਿਦ ਦੀ ਟ੍ਰਾਈਸਿਟੀ ਪੁਲਿਸ, ਪੰਚਕੂਲਾ ਪੁਲਿਸ ਨਾਲ, ਚੰਡੀਗੜ੍ਹ ਪੁਲਿਸ ਨਾਲ ਅਤੇ ਹੋਰ।